ਏਕਤਾ ਟੀਵੀ ਵਿੱਚ ਆਪ ਜੀ ਦਾ ਸਵਾਗਤ ਹੈ ਜੋ ਤਸਵੀਰਾਂ ਦੇਖਦੇ ਹੋ ਪੀਰ ਬਾਬਾ ਖਾਕੀ ਸ਼ਾਹ ਜੀ ਪਿੰਡ ਭੀਖਾ ਨੰਗਲ ਅਤੇ ਮੱਲੀਆਂ ਨੰਗਲ ਦੇ ਵਿੱਚ ਦਰਬਾਰ ਹੈ ਇੱਥੇ ਕਰੋਨਾ ਮਹਾਮਾਰੀ ਦੌਰਾਨ ਚਲਦਿਆਂ ਸਰਕਾਰੀਆਂ ਦੇ ਤਨੁਮੁਕ ਰੱਖਦੇ ਹੋਏ ਇਹ ਮੇਲਾ ਮੁਲਤਵੀ ਕੀਤਾ ਗਿਆ ਸੀ ਤੇ ਇਹ ਜੋ ਜ਼ਰੂਰੀ ਰਸਮਾਂ ਸੀ ਉਹ ਪੰਚਾਇਤ ਔਰ ਨਗਰਾਂ ਦੇ ਪਤਵੰਤੇ ਸੱਜਣਾ ਵੱਲੋਂ ਨਵਾਈਆਂ ਗਈਆਂ ਚਾਦਰ ਪੁਛ ਦੀ ਰਸਮ ਕੀਤੀ ਗਈ ਜਿਵੇਂ ਝੰਡਾ ਸਾਹਿਬ ਦੀ ਰਸਮ ਕੀਤੀ ਗਈ ਇਹ ਕਰੋਨਾ ਮਹਾਮਾਰੀ ਨੂੰ ਦੇਖਦੇ ਸਾਰੇ ਪ੍ਰਬੰਧ ਕੀਤੇ ਗਏ ਕਰਤਾਰਪੁਰ ਤੋਂ ਬ੍ਰਿੰਦਰ ਲਵਲੀ ਦੀ ਵਿਸ਼ੇਸ਼ ਰਿਪੋਰਟ ਤੁਸੀਂ ਦੇਖਦੇ ਹੋ ਇਕਤਾ ਟੀਵੀ ਅੱਜ ਪਿੰਡ ਮੱਲੀਆਂ ਤੇ ਭੀਖਾ ਜੀ ਸਮੂਹ ਸਾਧ ਸੰਗਤ ਵੱਲੋਂ ਜੋ ਹਰ ਸਾਲ ਪੀਰ ਬਾਬਾ ਖਾਕੀ ਸ਼ਾ ਮਲੰਗ ਜੀ ਦੇ ਮੇਲਾ ਮਨਾਇਆ ਜਾਂਦਾ ਸੀ ਉਹ ਅੱਜ ਸਰਕਾਰ ਦੀਆਂ ਹਦਾਇਤਾਂ ਦੇ ਅਨਸਾਰ ਜੋ ਕਰੋਨਾ ਨੂੰ ਮੁੱਖ ਰੱਖਦੇ ਹੋਏ ਡੇਰੇ ਦੇ ਵਿੱਚ ਜੋ ਜ਼ਰੂਰੀ ਰਸਮਾਂ ਸੀ ਚਾਦਰ ਦੀ ਰਸਮ ਅਤੇ ਝੰਡੇ ਦੀ ਰਸਮ ਅਤੇ ਨਿਆਜ਼ ਬਣਾ ਕੇ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਘਰਾਂ ਦੇ ਵਿੱਚ ਹੀ ਆਪਣਾ ਜਾਪ ਕਰਨ ਤੇ ਕਰੋਨਾ ਦੀ ਬਿਮਾਰੀ ਤੋਂ ਆਪਾਂ ਜਿਹੜਾ ਨਜਾਤ ਪਾ ਸਕੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਸ ਮਹਾਮਾਰੀ ਤੇ ਸਾਡਾ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਜੋ ਸਿਗੀਆਂ ਉਹਨਾਂ ਤੇ ਅਸੀਂ ਇਸ ਬਿਮਾਰੀ ਨੂੰ ਠੱਲ ਪਾ ਸਕੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਪਹਿਲਾ ਮੇਲੇ ਮਨਾਏ ਜਾਂਦੇ ਸੀ ਪੰਜਾਬ ਦੇ ਵਿੱਚ ਤੇ ਉਸੇ ਤਰ੍ਹਾਂ ਹੀ ਮੇਲੇ ਮਨਾ ਸਕੀਏ ਸੋ ਇਹੋ ਹੀ ਅਪੀਲ ਕਰਦੇ ਹਾਂ ਸਾਰੀ ਸੰਗਤ ਨੂੰ ਕਿ ਘਰਾਂ ਵਿੱਚ ਬੈਠ ਕੇ ਜੋ ਮੇਲਾ ਦੇ ਹੈਗਾ ਆ ਬਾਬਾ ਜੀ ਦਾ ਗਉਣ ਗਾਣ ਕੀਤਾ ਜਾਵੇ ਤੇ ਇਸ ਬਿਮਾਰੀ ਤੋਂ ਨਜਾਤ ਪਾਇਆ ਜਾ ਸਕੇ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਕਹਾਰਾ ਪੀਰ ਬਾਬਾ ਖਾਕੀ ਸ਼ਾਹ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੇ ਕਹਾਰਾ ਗੁਰੂ ਸਾਈਂ ਜੀ ਛਾ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਤੋਂ ਗੁਰੂ ਰੂਪ ਗੁਰੂਸ ਪਿਆਰੀ ਸਾਧ ਸੰਗਤ ਜੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਦਰਬਾਰ ਪੀਰ ਬਾਬਾ ਖਾਕੀ ਸ਼ਾ ਮਲੰਗ ਪਿੰਡ ਪੀਖਾ ਨੰਗਲ ਤੇ ਪਿੰਡ ਮੱਲੀਆਂ ਦੇ ਵਿਚਕਾਰ ਪਿੰਡ ਪੀਖਾ ਨੰਗਲ ਪਿੰਡ ਮੱਲੀਆਂ ਦੇ ਵਿਚਕਾਰ ਜ਼ਿਲ੍ਹਾ ਜਲੰਧਰ ਦੇ ਵਿੱਚ ਬਾਬਾ ਜੀ ਦਾ ਅੱਜ ਸਲਾਨਾ ਜੋੜ ਮੇਲਾ 62ਵਾਂ ਸਲਾਨਾ ਜੋੜ ਮੇਲਾ ਜੋ ਕਿ ਆਪਾਂ ਕੋਵਿਡ ਦੀ ਨਾ ਵਜਾ ਦੇ ਕਰਕੇ ਮੇਲਾ ਨਹੀਂ ਮਨਾ ਰਾਏ ਤੋਂ ਸਾਰੀਆਂ ਸੰਗਤਾਂ ਨੂੰ ਇਹੇ ਬੇਨਤੀ ਕੀਤੀ ਸੀ ਕਿ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਕਰੋ ਕਿ ਕਰੋਨਾ ਦੀ ਬਿਮਾਰੀ ਇਸ ਸੰਸਾਰ ਤੋਂ ਜਾਵੇ ਤੋ ਆਪਾਂ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਆਪਾਂ ਮੇਲੇ ਦੁਬਾਰਾ ਫੇਰ ਖੁਸ਼ੀਆਂ ਤੇ ਚਾਵਾਂ ਦੇ ਨਾਲ ਮਨਾ ਸਕੀਏ ਤੋ ਸਾਰੀਆਂ ਸੰਗਤਾਂ ਨੂੰ ਇਹ ਹੀ ਬੇਨਤੀ ਕੀਤੀ ਸੀ ਵੀ ਐਸ ਵਾਰ ਸੰਗਤਾਂ ਦਰਬਾਰ ਤੇ ਨਾਮ ਮਿੱਠਾ ਟੇਕਣ ਵਾਸਤੇ ਆਉਣ ਘਰੇ ਬੈਠ ਕੇ ਹੀ ਬਾਬਾ ਜੀ ਦਾ ਨਾਮ ਜਪਣ ਤੋ ਘਰੇ ਬੈਠ ਕੇ ਹੀ ਅਰਦਾਸ ਕਰਨ ਕਿ ਆਉਣ ਵਾਲਾ ਸਮਾਂ ਖੁਸ਼ੀਆਂ ਤੇ ਚਾਵਾਂ ਦੇ ਨਾਲ ਮੇਲੇ ਲੱਗਣ ਤੇ ਖੁਸ਼ੀਆਂ ਚਾਵਾਂ ਦੇ ਨਾਲ ਲੰਗਰ ਪੰਡਾਰੇ ਬਾਬਾ ਜੀ ਦੇ ਚੱਲਣ ਤੋ ਸਾਰੀਆਂ ਸੰਗਤਾਂ ਦੇ ਅੱਗੇ ਇਹ ਹੀ ਬੇਨਤੀ ਕੀਤੀ ਸੀ ਵੀ ਆਪਾਂ ਰਲ ਮਿਲ ਕੇ ਸਾਰਿਆਂ ਨੇ ਇਹ ਹੀ ਅਰਦਾਸ ਕਰਨੀ ਹੈ ਵਾਹਿਗੁਰੂ ਦੇ ਚਰਨਾਂ 'ਚ ਕਿਉਂਕਿ ਇਹ ਮੇਲੇ ਬੜੀ ਹੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਏ ਜਾਂਦੇ ਆ ਇਹ ਪੀਰਾਂ ਫਕੀਰਾਂ ਦੇ ਮੇਲੇ ਆ ਇਹ ਮੇਲੇ ਬਜ਼ੁਰਗਾਂ ਦੇ ਹਰ ਸਾਲ ਬੜੀਆਂ ਚਾਵਾਂ ਤੇ ਲਾਡਾਂ ਦੇ ਨਾਲ ਮਨਾਉਂਦੀਆਂ ਸੰਗਤਾਂ ਤੋ ਇਸ ਵਾਰ ਆਪਾਂ ਜ਼ਿਆਦਾ ਕੁਝ ਨਹੀਂ ਕੀਤਾ ਜ਼ਰੂਰੀ ਹੀ ਰਸਮਾਂ ਕੀਤੀਆਂ ਨਿਸ਼ਾਨ ਸਾਹਿਬ ਦੀ ਰਸਮ ਤੇ ਬਾਬਾਈ ਦੀ ਚਾਦਰ ਚੜਾ ਕੇ ਤੋ ਬਾਬਾ ਜੀ ਦੀ ਨਿਆਜ਼ ਬਣਾ ਕੇ ਦੇਗ ਸੰਗਤ ਤੋਂ ਜ਼ਿਆਦਾ ਨਹੀਂ ਆਪਾਂ ਇਕੱਠੀ ਕੀਤੀ ਕਿਉਂਕਿ ਨਿਆਜ਼ ਬਣਾ ਕੇ ਥੋੜੇ ਹੀ ਸੰਗਤ ਨੂੰ ਵੰਡ ਕੇ ਤੋਂ ਬਾਬਾ ਜੀ ਦਾ ਅਸ਼ੀਰਵਾਦ ਲਿਆ ਤੋਂ ਬਾਬਾ ਜੀ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੋਂ ਇਹ ਹੀ ਸੰਗਤਾਂ ਨੂੰ ਹਦਾਇਤ ਕਰ ਰਹੇ ਆ ਕਿ ਜ਼ਰੂਰੀ ਹੀ ਸੰਗਤ ਨੇ ਜਿਹੜੀ ਕਿ ਮੱਥਾ ਟੇਕਣ ਵਾਸਤੇ ਆ ਰਹੀ ਆ ਉਹੀ ਸੰਗਤ ਮੱਥਾ ਟੇਕ ਕੇ ਆਪੋ ਆਪਣੇ ਘਰਾਂ ਨੂੰ ਜਾ ਰਹੀ ਆ ਤੋਂ ਜ਼ਿਆਦਾ ਸਮਾਂ ਆਪਾਂ ਨਹੀਂ ਸੰਗਤ ਨੂੰ ਰੁਕਣ ਦੇਈਤ ਨੇ ਕਿਉਂਕਿ ਆਪਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਚੱਲਣਾ ਹੈ ਜੋ ਸਰਕਾਰ ਉਹਨਾਂ ਦੇ ਨਿਜਮ ਹੈ ਉਹਨੂੰ ਆਪਾਂ ਨਿਜਮਾਂ ਨੂੰ ਨਹੀਂ ਤੋੜਨਾ